तेरी तारीफ हो परमेश्वर, तेरा धन्यवाद हो, धन्यवाद हो, धन्यवाद हो। थैंक यू जीसस, थैंक यू जीसस, थैंक यू जीसस, थैंक यू जीसस। तेरी आराधना हो सब शक्तिमान परमेश्वर, तेरा धन्यवाद हो, धन्यवाद हो, धन्यवाद हो, धन्यवाद हो। तेरी हर एक भलाई दे लई परमेश्वर तेरी शुक्रगुजारी करते हैं लॉर्ड, तेरी महिमा तेरी स्तुति और तेरी ही आराधना करते हैं, क्योंकि तू ही महिमा वडेर उस्तत दे योग परमेश्वर है। तू ही सच्चा ते जिंदा परमेश्वर है, तेरे तुल तेरे समान कोई नहीं है। तू सब देवी देवतियाँ जो महान है खुदावन खुदा, तेरी आराधना हो परमेश्वर, तेरा धन्यवाद हो, धन्यवाद हो, धन्यवाद हो, धन्यवाद हो, धन्यवाद हो परमेश्वर। तारीफ हो, तारीफ हो, तारीफ हो, तारीफ हो अब्राहम इसहाक याकूब नामों का दाऊद परमेश्वर, तेरी स्तुति हो परमेश्वर, तेरी आराधना हो खुदावन खुदा। सो तुहाडा सपना दा स्वागत करदे आ जिंदा परमेश्वर दी जिंदा प्रेजेंस दे विच। जिन्ने जन अज परमेश्वर दी सूरी च आ चुके आ, तुहाडा सपना दा उहदी प्रेजेंस च स्वागत करदे, जिथे आ के खुदावन तुहाडियां जिंदगियां, तुहाडे हालात परमेश्वर, तुहाडी जनरेशन तक, तुहाडी इक इक चीज़ नूं सेव नहीं छड्डदे। ਸੋ ਸਭ ਜਣ ਆਪਣੇ ਹੋਟਾਂ ਨੂੰ ਖੋਲਦੇ ਹਾਂ, ਕਹਿੰਦੇ ਹਾਂ ਗੁੱਡ ਮੋਰਨਿੰਗ ਹੌਲੀ ਸਪਿਰਿਟ, ਪਵਿੱਤਰ ਆਤਮਾ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ। ਪਿਤਾ ਪ੍ਰਭੂ ਯਿਸੂ ਮਸੀਹ ਦੇ ਜੀਵਿਤ ਨਾਮ ਵਿੱਚ, ਇਸ ਜ਼ਿੰਦਾ ਪ੍ਰੈਜੈਂਸ ਦੇ ਵਿੱਚ ਅਸੀਂ ਵਿਸ਼ਵਾਸ ਕਰਦੇ ਹਾਂ। ਅੱਜ ਅਸੀਂ ਆਏ ਨਹੀਂ ਬਲਕਿ ਲਿਆਏ ਗਏ ਹਾਂ, ਨਾ ਤਾਂ ਬਲ ਨਾਲ, ਨਾ ਤਾਂ ਸ਼ਕਤੀ ਨਾਲ, ਖੁਦਾਵਨ ਪਰ ਤੇਰੀ ਆਤਮਾ ਦੇ ਦੁਆਰਾ ਪਰਮੇਸ਼ਵਰ। ਔਰ ਅਸੀਂ ਵਿਸ਼ਵਾਸ ਕਰਦੇ ਹਾਂ ਜਿਹਨੂੰ ਤੂੰ ਛੂ ਲਵੇਂ, ਜਿਹਨੂੰ ਤੂੰ ਬੁਲਾ ਲਵੇਂ ਪਰਮੇਸ਼ਵਰ, ਉਹ ਕਦੀ ਸੇਵ ਨਹੀਂ ਰਹਿੰਦਾ। ਔਰ ਪਿਤਾ ਤੂੰ ਸਾਨੂੰ ਬੁਲਾਇਆ, ਠਹਿਰਾਇਆ ਪਰਮੇਸ਼ਵਰ, ਤਾਂ ਕਿ ਅਸੀਂ ਬਹੁਤ ਸਾਰਾ ਫਲ ਲੈ ਕੇ ਆ ਸਕੀਏ ਪਰਮੇਸ਼ਵਰ। ਇਹ ਖੁਦਾਵਨ ਅੱਜ ਤੇਰੀ ਪ੍ਰੈਜੈਂਸ ਦੇ ਵਿੱਚ ਅਸੀਂ ਫਲਦਾਰ ਹੋਵਾਂਗੇ, ਅਸੀਂ ਆਸ਼ੀਸ਼ਿਤ ਹੋਵਾਂਗੇ, ਅਸੀਂ ਉਹ ਬਿਰਸ਼ ਹਾਂ ਪਰਮੇਸ਼ਵਰ, ਜੋ ਪਾਣੀਆਂ ਦੀਆਂ ਨਦੀਆਂ ਉੱਤੇ ਲਾਇਆ ਹੋਇਆ, ਜੋ ਰੁੱਤ ਸਿਰ ਆਪਣਾ ਫਲ ਦਿੰਦਾ ਔਰ ਜਿਹਦੇ ਪੱਤੇ ਕਦੀ ਨਹੀਂ ਕੁਮਲਾਉਂਦੇ ਪਰਮੇਸ਼ਵਰ। ਅੱਜ ਤੂੰ ਸਾਡੀਆਂ ਸੁੱਕੀਆਂ ਚੀਜ਼ਾਂ ਨੂੰ ਪਰਮੇਸ਼ਵਰ, ਖੁਦਾਵਨ ਖੁਦਾ ਸਾਡੇ ਬਾਂਝਪਨ ਨੂੰ ਪਰਮੇਸ਼ਵਰ, ਤੂੰ ਅੱਜ ਸਾਨੂੰ ਹਰਿਆ ਅਤੇ ਭਰਿਆ ਕਰੇਗਾ ਖੁਦਾਵਨ ਖੁਦਾ। ਸਾਡੇ ਸੁੱਕੇ ਹਾਲਾਤਾਂ ਨੂੰ ਪਰਮੇਸ਼ਵਰ, ਜੋ ਬੰਜਰ ਹੋ ਚੁੱਕਿਆ ਪਿਤਾ, ਅੱਜ ਤੇਰੇ ਜੀਵਿਤ ਨਾਮ 'ਚ ਅਸੀਂ ਵਿਸ਼ਵਾਸ ਕਰਦੇ ਹਾਂ ਖੁਦਾਵੰਤ, ਤੂੰ ਆਪਣੀ ਆਤਮਾ ਆਪਣੀ ਸਾਮਰਥ ਦੇ ਦੁਆਰਾ ਸਭ ਸ਼ਕਤੀਮਾਨ ਪਰਮੇਸ਼ਵਰ, ਅਤੇ ਅੱਜ ਨੂੰ ਫਲਦਾਰ ਕਰਨ ਜਾ ਰਿਹਾ ਪਰਮੇਸ਼ਵਰ। ਅੱਜ ਤੇਰੇ ਸਾਮਰਥ ਪਰਮੇਸ਼ਵਰ, ਤੇਰੇ ਰੂਹ ਦੀ ਬਾਰਿਸ਼ ਸਾਨੂੰ ਫਲਦਾਰ ਕਰੇਗੀ, ਹਰ ਸੁੱਕਾਪਾ ਨਾਲ ਸਾਨੂੰ ਛੱਡ ਕੇ ਜਾਵੇਗਾ, ਅਸੀਂ ਵਿਸ਼ਵਾਸ ਕਰਦੇ ਹਾਂ ਖੁਦਾਵੰਤ ਖੁਦਾ। ਅੱਜ ਪਿਤਾ ਜੋ ਚੀਜ਼ਾਂ ਸ਼ੈਤਾਨ ਨੇ ਸਾਡੀ ਜ਼ਿੰਦਗੀ ਦੇ ਵਿੱਚ ਪਿਤਾ ਬੰਜਰ ਕੀਤੀਆਂ, ਅੱਜ ਤੇਰੇ ਰੂਹ ਦੀ ਬਾਰਿਸ਼ ਦੇ ਨਾਲ ਤੂੰ ਉਹਨਾਂ ਨੂੰ ਫਲਵੰਤ ਕਰੇਗਾ, ਉਹਨਾਂ ਨੂੰ ਫਲਦਾਰ ਬਣਾਵੇਗਾ ਪਿਤਾ, ਉਹਨਾਂ 'ਤੇ ਅਨੁਗ੍ਰਹਿ ਦੇਵੇਂਗਾ ਪਰਮੇਸ਼ਵਰ, ਉਹਨਾਂ ਨੂੰ ਆਪਣੀ ਆਤਮਾ ਔਰ ਆਪਣੀ ਸਾਮਰਥ ਦੇ ਨਾਲ ਭਰੇਗਾ ਪਰਮੇਸ਼ਵਰ। ਔਰ ਸਾਡੀਆਂ ਜ਼ਿੰਦਗੀਆਂ, ਸਾਡੇ ਹਾਲਾਤ, ਸਾਡੇ ਘਰਾਨੇ, ਸਾਡੇ ਬੱਚੇ, ਸਾਡੀ ਇੱਕ ਇੱਕ ਚੀਜ਼ ਨੂੰ ਤੂੰ ਬਲੈਸ ਕਰਨ ਜਾ ਰਿਹਾ ਪਰਮੇਸ਼ਵਰ। ਤੇਰੀ ਜ਼ਿੰਦਾ ਪ੍ਰੈਜੈਂਸ ਦੇ ਵਿੱਚ ਅਸੀਂ ਤੇਰਾ ਸਵਾਗਤ ਕਰਦੇ ਹਾਂ, ਤੇਰੀ ਜ਼ਿੰਦਾ ਪ੍ਰੈਜੈਂਸ ਦੇ ਲਈ ਅਸੀਂ ਤੇਰਾ ਧੰਨਵਾਦ ਕਰਦੇ ਹਾਂ।
ਪਿਤਾ ਜੋ ਤੂੰ ਸਾਨੂੰ ਪੂਰੀ ਰਾਤ ਸੰਭਾਲਿਆ, ਇਸ ਅੰਮ੍ਰਿਤ ਵੇਲੇ ਇੱਕ ਵਾਰ ਫਿਰ ਤੂੰ ਆਪਣੀ ਜ਼ਿੰਦਾ ਪ੍ਰੈਜੈਂਸ ਦੇ ਵਿੱਚ ਸਾਨੂੰ ਲੈ ਕੇ ਆਉਂਦਾ, ਸਾਨੂੰ ਜ਼ੋਰ ਅਤੇ ਬਲ ਬਖਸ਼ਿਆ ਪਰਮੇਸ਼ਵਰ, ਜੋ ਅਸੀਂ ਇੱਕ ਵਾਰ ਫਿਰ ਤੂੰ ਤੇਰੀ ਜ਼ਿੰਦਾ ਪ੍ਰੈਜੈਂਸ ਦੇ ਵਿੱਚ ਆ ਪਾਏ ਹਾਂ ਪਿਤਾ। ਇਹ ਤੇਰੀ ਦਇਆ, ਤੇਰੀ ਕਰੁਣਾ ਵਾ ਪਰਮੇਸ਼ਵਰ, ਇਹ ਤੇਰੀਆਂ ਪਲਿਆਈਆਂ ਵਾ ਖੁਦਾਵਨ ਖੁਦਾ, ਇਹ ਤੇਰਾ ਪਿਆਰ ਹੈ, ਇਹ ਤੇਰੇ ਕੋੜਿਆਂ ਦੀ ਮਾਰ ਆ ਪਰਮੇਸ਼ਵਰ, ਇਹ ਤੇਰਾ ਬਹਿੰਦਾ ਲਹੂ ਆ ਪਰਮੇਸ਼ਵਰ ਖੁਦਾਵਨ ਖੁਦਾ, ਇਹ ਤੇਰੇ ਕਰੂਸ ਦੀ ਸਾਮਰਥ ਆ ਪਰਮੇਸ਼ਵਰ, ਜੋ ਸਾਡੇ 'ਤੇ ਪਿਤਾ ਦਿਨ ਪ੍ਰਤੀ ਦਿਨ ਦਇਆ ਕਰਦੀ ਆ, ਕਰੁਣਾ ਕਰਦੀ ਆ ਪਰਮੇਸ਼ਵਰ, ਔਰ ਸਾਨੂੰ ਤੇਰੀ ਹਜ਼ੂਰੀ ਵਿੱਚ ਲੈ ਕੇ ਆਉਂਦੀ ਪਰਮੇਸ਼ਵਰ। ਖੁਦਾਵਨ ਤੇਰਾ ਧੰਨਵਾਦ ਹੋ, ਧੰਨਵਾਦ ਹੋ, ਧੰਨਵਾਦ ਹੋ, ਧੰਨਵਾਦ ਹੋ। ਪਵਿੱਤਰ ਆਤਮਾ ਅਸੀਂ ਪ੍ਰਾਰਥਨਾ ਕਰਦੇ ਯਿਸੂ ਮਸੀਹ ਦੇ ਨਾਮ ਵਿੱਚ, ਆ ਸਾਡੇ 'ਤੇ ਅਨੁਗ੍ਰਹਿ ਆਵੇ ਤੇਰਾ ਪਿਤਾ, ਤੇਰੀ ਸਹਾਇਤਾ ਭਰਿਆ ਹੱਥ ਸਾਨੂੰ ਛੂ ਲਵੇ ਪਿਤਾ। ਅੱਜ ਤੂੰ ਸਾਡੇ ਵਿਰੋਧੀਆਂ ਦੇ ਸਨਮੁਖ ਸਾਡੇ ਲਈ ਮੇਜ਼ ਸਜਾਉਣ ਜਾ ਰਿਹਾ ਪਰਮੇਸ਼ਵਰ, ਮੈਂ ਵਿਸ਼ਵਾਸ ਕਰਦਾ ਔਰ ਵਿਸ਼ਵਾਸ ਕਰਦੀ ਹਾਂ ਪਰਮੇਸ਼ਵਰ, ਰੂਹੇ ਖੁਦਾ ਤੂੰ ਆ ਸਾਡੀਆਂ ਜ਼ਿੰਦਗੀਆਂ ਦੇ ਉੱਤੇ ਪਰਮੇਸ਼ਵਰ ਇੱਕ ਨਵੇਂ ਲੈਵਲ ਨੂੰ ਲੈ ਕੇ ਆ ਰਿਹਾ ਪਰਮੇਸ਼ਵਰ। ਅੱਜ ਤੂੰ ਸਾਡੀਆਂ ਜ਼ਿੰਦਗੀਆਂ ਨੂੰ ਖੁਦਾਵਨ ਖੁਦਾ ਅੰਸ਼ ਅੰਸ਼ ਕਰਕੇ ਫਲਵੰਤ ਕਰ ਰਿਹਾ ਪਰਮੇਸ਼ਵਰ। ਖੁਦਾਵਨ ਯਹੋਵਾ ਪਰਮੇਸ਼ਵਰ, ਤੇਰੀ ਇਸ ਮਹਾਨ ਦਇਆ ਦੇ ਲਈ, ਤੇਰੀ ਇਸ ਮਹਾਨ ਕਰੁਣਾ ਦੇ ਲਈ ਤੇਰਾ ਧੰਨਵਾਦ ਹੋ, ਧੰਨਵਾਦ ਹੋ, ਧੰਨਵਾਦ ਹੋ, ਧੰਨਵਾਦ ਹੋ, ਧੰਨਵਾਦ ਹੋ। ਤਾਰੀਫ ਹੋ, ਤਾਰੀਫ ਹੋ, ਤਾਰੀਫ ਹੋ। ਸਭ ਜਣ ਆਪਣੇ ਹੋਠਾਂ ਨੂੰ ਖੋਲ੍ਹਦੇ ਹਾਂ, ਗੈਰ ਜ਼ੁਬਾਨ 'ਚ ਪ੍ਰਾਰਥਨਾ ਕਰਦੇ ਹਾਂ, ਕਿਉਂਕਿ ਵਚਨ ਦੱਸਦਾ ਜੋ ਗੈਰ ਜ਼ੁਬਾਨ 'ਚ ਪ੍ਰਾਰਥਨਾ ਕਰਦੇ ਹਾਂ ਉਹ ਆਪਣੀ ਹਰ ਇੱਕ ਚੀਜ਼ ਦੀ ਉਨਤੀ ਕਰਦੇ, ਬਲੈਸ ਕਰਦੇ, ਔਰ ਪਿਤਾ ਦੇ ਨਾਲ ਭੇਤ ਦੀਆਂ ਗੱਲਾਂ ਨੂੰ ਕਰਦੇ ਹਾਂ, ਆਪਣੇ ਉਸ ਪਰਮੇਸ਼ਵਰ ਦੇ ਨਾਲ ਗਹਿਰੀਆਂ ਗੱਲਾਂ ਨੂੰ ਕਰਦੇ ਹਾਂ, ਆਪਣੇ ਪਰਮੇਸ਼ਵਰ ਦੇ ਨਾਲ ਆਪਣੇ ਦਿਲ ਦੀਆਂ ਗੱਲਾਂ ਨੂੰ ਕਰਦੇ ਹਾਂ, ਆਪਣੀ ਰਿਲੇਸ਼ਨਸ਼ਿਪ ਨੂੰ ਮਜ਼ਬੂਤ ਕਰਦੇ ਹਾਂ। ਸੋ ਸਾਡੀ ਜ਼ਿੰਦਗੀ 'ਚ ਬਹੁਤ ਜ਼ਰੂਰੀ ਆ ਕਿ ਅਸੀਂ ਆਪਣੀ ਰਿਲੇਸ਼ਨਸ਼ਿਪ ਨੂੰ ਆਪਣੇ ਪਰਮੇਸ਼ਵਰ ਦੇ ਨਾਲ ਮਜ਼ਬੂਤ ਕਰੀਏ, ਇੱਕ ਸਟਰੋਂਗ ਰਿਲੇਸ਼ਨਸ਼ਿਪ, ਇੱਕ ਰਿਸ਼ਤਾ ਬਣਾਈਏ ਜੋ ਸਿਰਫ ਉਹਦੀ ਪ੍ਰੈਜੈਂਸ ਵਿੱਚ ਆ ਕੇ ਉਹਦੀ ਆਤਮਾ ਨਾਲ ਪਾਰ ਕੇ ਪ੍ਰਾਰਥਨਾ ਦੇ ਦੁਆਰਾ, ਵਚਨਾਂ ਦੇ ਦੁਆਰਾ ਅਸੀਂ ਬਣਾ ਸਕਦੇ ਹਾਂ। ਸੋ ਇਸੇ ਤਰ੍ਹਾਂ ਹਰ ਰੋਜ਼ ਇਸ ਪ੍ਰਾਰਥਨਾ ਨਾਲ ਜੁੜ ਕੇ ਆਪਣੀ ਰਿਲੇਸ਼ਨਸ਼ਿਪ ਨੂੰ ਮਜ਼ਬੂਤ ਕਰਨਾ, ਕਿਉਂਕਿ ਅਗਰ ਉਹ ਤੁਹਾਡੇ ਵੱਲ ਹੈ ਤਾਂ ਕੋਈ ਚੀਜ਼ ਤੁਹਾਡੇ ਵਿਰੁੱਧ ਉੱਠ ਨਹੀਂ ਸਕਦੀ। ਕਹਿਣਾ ਸ਼ੁਰੂ ਕਰੋ ਕਿ ਖੁਦਾਵਨ ਅੱਜ ਤੇਰੇ ਔਰ ਮੇਰੇ ਰਿਸ਼ਤੇ ਦੇ ਉੱਤੇ ਤੇਰੀ ਦਇਆ ਆਵੇ ਲੋਰਡ, ਇਹ ਰਿਸ਼ਤਾ ਮਜ਼ਬੂਤ ਬਣਾ ਦੇ ਪਰਮੇਸ਼ਵਰ, ਇਸ ਰਿਸ਼ਤੇ ਦੇ ਉੱਤੋਂ ਹਰ ਡੈਵਲ ਦੀ ਯੋਜਨਾ ਨੂੰ ਨਾਸ਼ ਕਰ ਦੇ ਖੁਦਾਇਆ। ਖੁਦਾਵਨ ਖੁਦਾ ਹਰ ਇੱਕ ਚੀਜ਼ ਜੋ ਮੈਨੂੰ ਤੇਰੇ ਤੋਂ ਤੇਰੇ ਵਿੱਚ ਚੱਲਣ ਤੋਂ ਪਰਮੇਸ਼ਵਰ ਆਤਮਾ ਦੇ ਦੁਆਰਾ ਚੱਲਣ ਤੋਂ ਰੋਕ ਰਹੀ ਪਿਤਾ, ਅੱਜ ਉਹ ਹਰ ਇੱਕ ਚੀਜ਼ ਨੂੰ ਪਰਮੇਸ਼ਵਰ ਸੁਕਾ ਦੇਈਂ ਖੁਦਾਵਨ ਖੁਦਾ, ਔਰ ਪਿਤਾ ਮੇਰੇ ਲਈ ਰਸਤੇ ਖੋਲ੍ਹੀ ਕਿ ਮੈਂ ਹਰ ਰੋਜ਼ ਅੰਮ੍ਰਿਤ ਵੇਲੇ ਤਿਆਰੀ ਕਰਕੇ ਤੇਰੀ ਉਡੀਕ ਵਿੱਚ ਬੈਠ ਸਕਾਂ ਪਰਮੇਸ਼ਵਰ, ਔਰ ਮੈਂ ਤੇਰਾ ਧੰਨਵਾਦ ਕਰ ਸਕਾਂ ਤੇਰੀ ਹਰ ਇੱਕੋ ਭਲਿਆਈ ਜੋ ਤੂੰ ਮੇਰੇ ਜੀਵਨ ਦੇ ਉੱਤੇ ਕਰਦਾ ਪਰਮੇਸ਼ਵਰ, ਹਰ ਇੱਕੋ ਦਇਆ, ਹਰ ਇੱਕੋ ਕਰੁਣਾ ਜੋ ਤੂੰ ਮੇਰੀ ਲਾਈਫ ਦੇ ਉੱਤੇ ਕਰਦਾ, ਉਹਨੂੰ ਯਾਦ ਕਰਦੇ ਹਾਂ ਪਰਮੇਸ਼ਵਰ। ਮੈਂ ਹਰ ਰੋਜ਼ ਧੰਨਵਾਦ ਦੀਆਂ ਪੇਂਟਾਂ ਦੇ ਨਾਲ, ਜੈ ਜੈਕਾਰਿਆਂ ਦੇ ਨਾਲ ਪਰਮੇਸ਼ਵਰ ਮੈਂ ਤੇਰੀ ਹਜ਼ੂਰੀ ਦੇ ਵਿੱਚ ਪ੍ਰਵੇਸ਼ ਕਰ ਪਾਵਾਂ। ਦਇਆ ਕਰ, ਦਇਆ ਕਰ, ਦਇਆ ਕਰ, ਦਇਆ ਕਰ ਸਾਮਰਥੀ ਪਰਮੇਸ਼ਵਰ। ਰੇ ਬੇਰੇ ਸ਼ੇਕੇ ਤੇਨੇ ਲੇ ਰੇ ਬੇਰੇ ਸ਼ੇਕੇ ਤੇਨੇ ਲੇ ਰੇ ਬੇਰੇ ਰਾ ਬਾ 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 ਰੋ ਬੋਰੋ ਸ਼ੇਕੇ ਤੇਨੇ ਲੇ ਰੇ ਬੇਰੇ ਸ਼ੇਕੇ ਤੇਨੇ ਲੇ ਰੇ ਬੇਰੇ ਰੋ ਬੋਰੋ ਸ਼ੇਕੇ ਤੇਨੇ ਲੇ ਰੇ ਬੇਰੇ ਸ਼ੇਕੇ ਤੇਨੇ ਲੇ ਰੇ ਬੇਰੇ ਰਾ ਬਾ 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 ਬਾ। ਮੇਰਾ ਫੇਤ ਹੈ ਕਿ ਅੱਜ ਦਿਸ ਮੋਰਨਿੰਗ ਪ੍ਰਾਰਥਨਾ ਤੋਂ ਬਾਅਦ ਤੁਹਾਡੀਆਂ ਜ਼ਿੰਦਗੀਆਂ ਸੇਫ ਨਹੀਂ ਆ, ਪਰਮੇਸ਼ਵਰ ਤੁਹਾਡੇ ਬੰਦ ਰਸਤਿਆਂ ਨੂੰ ਖੋਲ੍ਹਣਗੇ। ਅੱਜ ਤੁਸੀਂ ਉਹਦੇ ਜੀਵਿਤ ਹੱਥ ਨੂੰ, ਉਹਦੀ ਸਹਾਇਤਾ ਭਰੇ ਹੱਥ ਨੂੰ ਦੇਖੋਗੇ, ਜਿਹੜੀਆਂ ਚੀਜ਼ਾਂ ਤੁਹਾਨੂੰ ਲੱਗਦੀਆਂ ਇੰਪੋਸੀਬਲ ਆ, ਜੋ ਉਹਨੂੰ ਪੋਸੀਬਲ ਹੁੰਦਿਆਂ ਦੇਖੋਗੇ ਤੁਸੀਂ, ਅੱਜ ਤੁਹਾਡੀ ਲਾਈਫ 'ਚ ਪਰਮੇਸ਼ਵਰ ਬੰਧਨ ਤੋੜਨਗੇ।
ਮਿਰਕਲਸ ਐਂਟਰ ਕਰਨਗੇ ਜੋ ਤੁਸੀਂ ਸੋਚੇ ਨੂੰ ਉਸ ਤੋਂ ਵੱਧ ਪਰਮੇਸ਼ੁਰ ਤੁਹਾਡੀ ਲਾਈਫ 'ਚ ਆਪਣੀ ਬਲੈਸਿੰਗ ਨੂੰ ਰਿਲੀਜ਼ ਕਰਨਗੇ। ਰੇ ਬੇਰੇ ਸ਼ੇਕੇ ਤੇਨੇ ਲੇ ਰੇ ਬੇਰੇ। ਅੱਜ ਪਰਮੇਸ਼ੁਰ ਆਪਣੇ ਉੱਤਮ ਪਦਾਰਥਾਂ ਦੇ ਨਾਲ ਤੁਹਾਨੂੰ ਬਲੈਸ ਕਰੇਗਾ, ਤੁਹਾਨੂੰ ਡਿਵਾਈਨ ਸੈਲਪਰ ਦੇਵੇਗਾ, ਤੁਹਾਨੂੰ ਗ੍ਰੇਸ ਦੇਵੇਗਾ ਅੱਗੇ ਵਧਣ ਦਾ, ਉਹ ਤੁਹਾਡੇ 'ਤੇ ਕਰੁਣਾ ਕਰੇਗਾ, ਉਹ ਤੁਹਾਡੇ 'ਤੇ ਦਇਆ ਅਤੇ ਤੁਹਾਡੇ ਉੱਤੇ ਫਜ਼ਲ ਕਰੇਗਾ, ਉਹ ਤੁਹਾਨੂੰ ਫਲਵੰਤ ਕਰਨ ਦੇ ਲਈ, ਤੁਹਾਨੂੰ ਅਗਲੇ ਲੈਵਲ 'ਤੇ ਲੈ ਕੇ ਜਾਣ ਦੇ ਲਈ। ਥੈਂਕ ਯੂ ਜੀਸਸ। ਧੰਨਵਾਦ ਪਰਮੇਸ਼ੁਰ। ਸੋ ਪਰਮੇਸ਼ੁਰ ਦੇ ਵਚਨ ਦਾ ਓਨਰ ਕਰਨਾ ਸ਼ੁਰੂ ਕਰੋ, ਵਚਨ ਦਾ ਸਵਾਗਤ ਕਰਨਾ ਸ਼ੁਰੂ ਕਰੋ, ਪਿਤਾ ਦੀ ਮੂੰਹ ਦੀਆਂ ਗੱਲਾਂ ਨੂੰ ਗ੍ਰਹਿਣ ਕਰਨੇ ਯੋਗੇ ਬਣਾਓ ਆਪਣੇ ਆਪ ਨੂੰ ਕਿ ਪਰਮੇਸ਼ੁਰ ਅੱਜ ਤੇਰੇ ਜੀਵਿਤ ਵਚਨ ਨੂੰ, ਤੇਰੇ ਮੂੰਹ ਦੀਆਂ ਗੱਲਾਂ ਨੂੰ ਮੈਂ ਗ੍ਰਹਿਣ ਕਰਨੇ ਯੋਗੇ ਬਣ ਸਕਾਂ, ਤੇਰੇ ਲਾਇਕ ਬਣ ਸਕਾਂ, ਤੇਰੀ ਮਹਿਮਾ ਨੂੰ ਮੈਂ ਦੇਖ ਸਕਾਂ। ਪਿਤਾ ਅੱਜ ਦੇ ਇਸ ਵਚਨ ਦੇ ਦੁਆਰਾ ਪਰਮੇਸ਼ੁਰ ਤੂੰ ਮੇਰੇ ਨਾਲ ਗੱਲ ਕਰ, ਮੇਰੇ ਰਸਤਿਆਂ ਨੂੰ ਖੋਲ ਪਿਤਾ, ਆਪਣਾ ਵਚਨ ਭੇਜ ਕੇ ਮੈਨੂੰ ਚੰਗੀਆਂ ਕਰਾਉਣ ਵਾਲੀ ਹਰ ਤਬਾਹੀ ਤੋਂ ਮੈਨੂੰ ਬਚਾ ਪਰਮੇਸ਼ੁਰ, ਔਰ ਅਨੁਗ੍ਰਹਿ ਦੇ, ਦਇਆ ਕਰ, ਕਿਰਪਾ ਕਰ ਪਰਮੇਸ਼ੁਰ, ਫਜ਼ਲ ਕਰ ਪਰਮੇਸ਼ੁਰ, ਤਾਂ ਕਿ ਮੈਂ ਤੇਰੀਆਂ ਆਉਣ ਵਾਲੀਆਂ ਭਲਿਆਈਆਂ ਨੂੰ ਦੇਖ ਸਕਾਂ, ਔਰ ਤੇਰੇ ਵਚਨ 'ਤੇ ਪਿਤਾ ਮੈਂ ਮਨਨ ਕਰ ਸਕਾਂ। ਐਸੀ ਕਰੁਣਾ, ਐਸੀ ਦਇਆ ਤੂੰ ਮੇਰੇ ਉੱਤੇ ਕਰ ਖੁਦਾਇਆ, ਐਸੀ ਬੁੱਧੀ ਔਰ ਐਸਾ ਗਿਆਨ ਤੂੰ ਮੈਨੂੰ ਬਖਸ਼ ਦੇ ਪਰਮੇਸ਼ੁਰ, ਜੋ ਮੈਂ ਤੇਰੇ ਗਹਿਰੇ ਪੇਤਾਂ ਨੂੰ ਸਮਝ ਪਾਵਾਂ ਪਰਮੇਸ਼ੁਰ, ਔਰ ਇਸ ਵਚਨ ਦੇ ਦੁਆਰਾ ਪਰਮੇਸ਼ੁਰ ਮੈਂ ਫਾਇਰ ਪ੍ਰਾਰਥਨਾ ਦੇ ਵਿੱਚ ਜਾਵਾਂਗਾ, ਔਰ ਮੇਰਾ ਵਿਸ਼ਵਾਸ ਆ ਜਿੱਦਾਂ ਹੀ ਮੈਂ ਪ੍ਰਾਰਥਨਾ ਦੇ ਵਿੱਚ ਜਾਵਾਂਗਾ ਤੂੰ ਮੇਰੇ ਜੀਵਨ ਨੂੰ ਸੇਵ ਨਹੀਂ ਛੱਡੇਗਾ, ਹਰ ਇੱਕ ਚੀਜ਼ ਨੂੰ ਨਾਸ਼ ਕਰੇਗਾ, ਤੋੜੇਗਾ ਪਰਮੇਸ਼ੁਰ, ਹਰ ਸ਼ਤਾਨ ਦੀ ਯੋਜਨਾ ਨੂੰ ਤੂੰ ਕੈਂਸਲ ਕਰੇਗਾ ਪਰਮੇਸ਼ੁਰ, ਤੇਰੀ ਦਇਆ ਜੋ ਮੇਰੇ ਉੱਤੇ ਹੋਈ ਆ ਪਰਮੇਸ਼ੁਰ, ਤੇਰੀ ਕਰੁਣਾ ਜੋ ਮੇਰੇ ਉੱਤੇ ਹੋਈ ਆ। ਸੋ ਸਭ ਜਣੇ ਇਸੇ ਤਰ੍ਹਾਂ ਅੱਜ ਦੇ ਇਸ ਵਚਨ ਦੇ ਲਈ ਪ੍ਰਾਰਥਨਾ ਕਰਦਿਆਂ ਹੋਇਆਂ ਮੇਰੇ ਪਿੱਛੇ ਅੱਜ ਦੇ ਵਚਨ ਨੂੰ ਪੜ੍ਹਾਂਗੇ, ਔਰ ਕਹਾਂਗੇ ਕਿ ਪਰਮੇਸ਼ੁਰ ਅੱਜ ਦਾ ਵਚਨ ਮੈਨੂੰ ਸੇਵ ਨਹੀਂ ਛੱਡਣ ਵਾਲਾ, ਅੱਜ ਦੇ ਹਾਲਾਤ ਪਰਮੇਸ਼ੁਰ ਮੇਰੇ ਚੇਂਜ ਹੋਣ ਜਾ ਰਿਹਾ ਪਰਮੇਸ਼ੁਰ। ਸੋ ਸਭ ਜਣ ਆਪਣੇ ਹੋਠਾਂ ਨੂੰ ਖੋਲਦੇ ਹਾਂ, ਵਚਨ ਨੂੰ ਪੜ੍ਹਨਾ ਸ਼ੁਰੂ ਕਰਾਂਗੇ। ਹਾਲੇਲੂਇਆ, ਥੈਂਕ ਯੂ ਜੀਸਸ। ਹੇ ਪਰਮੇਸ਼ੁਰ, ਤੂੰ ਮੇਰਾ ਪਰਮੇਸ਼ੁਰ ਹੈ, ਮੈਂ ਦਿਲ ਤੋਂ ਤੈਨੂੰ ਪਾਲਦਾ ਹਾਂ, ਮੇਰੀ ਜਾਨ ਤੇਰੀ ਤਿਹਾਈ ਹੈ, ਮੇਰਾ ਸਰੀਰ ਤੇਰੇ ਲਈ ਤਰਸਦਾ ਹੈ, ਸੁੱਕੀ ਅਤੇ ਬੰਜ਼ਰ ਧਰਤੀ ਵਿੱਚ ਜਿੱਥੇ ਪਾਣੀ ਨਹੀਂ ਹੈ ਤਾਂ ਮੈਂ ਪਵਿੱਤਰ ਸਥਾਨ ਵਿੱਚ ਤੇਰਾ ਦਰਸ਼ਨ ਪਾਇਆ, ਭਾਈ ਮੈਂ ਤੇਰਾ ਬਲ ਅਤੇ ਤੇਰੀ ਮਹਿਮਾ ਵੇਖਾਂ, ਇਸ ਲਈ ਕਿ ਤੇਰੀ ਦਇਆ ਜੀਵਨ ਨਾਲੋਂ ਵੀ ਚੰਗੀ ਹੈ, ਮੇਰੇ ਬੁੱਲ ਤੇਰੀ ਉਸਤਤ ਕਰਨਗੇ। ਸੋ ਆਪਣੇ ਜੀਵਨ ਵਿੱਚ ਮੈਂ ਤੈਨੂੰ ਮੁਬਾਰਕ ਆਖਾਂਗਾ, ਮੈਂ ਤੇਰਾ ਨਾਮ ਲੈ ਕੇ ਆਪਣੇ ਹੱਥ ਪਸਾਰਾਂਗਾ, ਜਿਵੇਂ ਚਰਬੀ ਅਤੇ ਥੰਧਿਆਈ ਨਾਲ ਮੇਰਾ ਜੀ ਤ੍ਰਿਪਤ ਹੋਵੇਗਾ ਅਤੇ ਜਕਾਰਿਆਂ ਦੇ ਬੁੱਲਾਂ ਨਾਲ ਮੇਰਾ ਮੂੰਹ ਤੇਰੀ ਉਸਤਤ ਕਰੇਗਾ। ਜਿਸ ਵੇਲੇ ਮੈਂ ਆਪਣੇ ਵਿਛੋਣੇ 'ਤੇ ਤੈਨੂੰ ਯਾਦ ਕਰਦਾ ਹਾਂ ਅਤੇ ਰਾਤ ਦੇ ਪਹਿਰੇ ਵਿੱਚ ਤੇਰਾ ਧਿਆਨ ਕਰਦਾ ਹਾਂ, ਤੂੰ ਤਾਂ ਮੇਰਾ ਸਹਾਇਕ ਹੋਇਆ ਹੈ, ਤੇਰੇ ਖੰਭਾਂ ਦੀ ਛਾਂ ਹੇਠ ਮੈਂ ਜੈਕਾਰਾ ਗਜਾਵਾਂਗਾ, ਮੇਰਾ ਜੀ ਤੇਰੇ ਪਿੱਛੇ ਪਿੱਛੇ ਲੱਗਿਆ ਹੋਇਆ ਹੈ, ਤੇਰਾ ਸੱਜਾ ਹੱਥ ਮੈਨੂੰ ਸੰਭਾਲਦਾ ਹੈ, ਜਿਹੜੇ ਮੇਰੀ ਜਾਨ ਦੀ ਬਰਬਾਦੀ ਚਾਹੁੰਦੇ ਹਨ ਉਹ ਧਰਤੀ ਦੇ ਹੇਠਲੀਆਂ ਥਾਵਾਂ ਵਿੱਚ ਚਲੇ ਜਾਣਗੇ, ਉਹ ਤਲਵਾਰ ਦੇ ਹਵਾਲੇ ਕੀਤੇ ਜਾਣਗੇ, ਉਹ ਗਿੱਦੜਾਂ ਦੇ ਹਿੱਸੇ ਆਉਣਗੇ, ਪਰ ਪਾਤਸ਼ਾਹ ਪਰਮੇਸ਼ੁਰ ਵਿੱਚ ਆਨੰਦ ਹੋਵੇਗਾ, ਹਰੇਕ ਜਿਹੜਾ ਉਹਦੀ ਸੌਂਹ ਖਾਂਦਾ ਹੈ ਮਾਣ ਕਰੇਗਾ, ਪਰ ਛਲੀਆ ਦੇ ਮੂੰਹ ਬੰਦ ਕੀਤੇ ਜਾਣਗੇ। ਸਭ ਬੋਲੋ ਆਮੀਨ, ਆਮੀਨ। ਥੈਂਕ ਯੂ ਜੀਸਸ।
ਧੰਨਵਾਦ ਕਰਦੇ ਹਾਂ ਅੱਜ ਦੇ ਵਰਡ ਦੇ ਲਈ। ਪਰਮੇਸ਼ਵਰ ਦੀ ਸ਼ੁਕਰਗੁਜ਼ਾਰੀ ਕਰਦੇ ਹਾਂ ਕਿ ਪਿਤਾ ਤੇਰੇ ਜੀਵਿਤ ਵਚਨ ਦੇ ਲਈ ਤੇਰਾ ਧੰਨਵਾਦ ਕਰਦੇ ਹਾਂ ਪਿਤਾ। ਔਰ ਪਿਤਾ ਅਸੀਂ ਵਿਸ਼ਵਾਸ ਕਰਦੇ ਵਚਨ ਸਾਨੂੰ ਸੇਵ ਨਹੀਂ ਛੱਡਣ ਵਾਲਾ, ਸਾਡੀਆਂ ਜ਼ਿੰਦਗੀਆਂ 'ਤੇ ਸੌ ਗੁਣਾ ਫਲ ਲੈ ਕੇ ਆਵੇਗਾ। ਸਰਬ ਸ਼ਕਤੀਮਾਨ ਪਰਮੇਸ਼ਵਰ, ਤੂੰ ਮੇਰਾ ਪਰਮੇਸ਼ਵਰ ਜੋ ਹੈ ਖੁਦਾਵਨ, ਅੱਜ ਮੈਂ ਤੇਰੀ ਹਜ਼ੂਰੀ 'ਚ ਪਰਮੇਸ਼ਵਰ ਦਿਲ ਤੋਂ ਤੈਨੂੰ ਪਾਲਦਾ ਖੁਦਾਵਨ ਖੁਦਾ। ਮੇਰੀ ਜਾਨ ਤੇਰੀ ਧਿਆਈ, ਮੇਰਾ ਸਰੀਰ ਤੇਰੇ ਲਈ ਤਰਸਦਾ ਹੈ। ਹੇ ਖੁਦਾਵਨ ਖੁਦਾ, ਯਹੋਵਾ ਪਰਮੇਸ਼ਵਰ, ਅੱਜ ਮੈਨੂੰ ਤ੍ਰਿਪਤ ਕਰ ਖੁਦਾਵਨ, ਆਪਣੀ ਆਤਮਾ ਆਪਣੀ ਸਾਮਰਥ ਦੇ ਨਾਲ ਖੁਦਾਇਆ, ਆਪਣੀ ਫਾਇਰ ਦੇ ਨਾਲ, ਆਪਣੇ ਮੱਸਾ ਦੇ ਨਾਲ ਮੈਨੂੰ ਤ੍ਰਿਪਤ ਕਰ ਸਭ ਸ਼ਕਤੀਮਾਨ ਪਰਮੇਸ਼ਵਰ। ਹੇ ਖੁਦਾਇਆ ਖੁਦਾ, ਅੱਜ ਮੇਰੀ ਬੰਜਰ ਜ਼ਮੀਨ ਨੂੰ ਪਰਮੇਸ਼ਵਰ ਫਲਦਾਰ ਬਣਾ ਖੁਦਾਇਆ, ਮੇਰੇ ਉੱਤੇ ਦਇਆ ਕਰ, ਦਇਆ ਕਰ, ਦਇਆ ਕਰ ਪਰਮੇਸ਼ਵਰ। ਅੱਜ ਮੈਂ ਤੇਰੀ ਹਜ਼ੂਰੀ 'ਚ ਤੇਰੇ ਦਰਸ਼ਨ ਨੂੰ ਪਾਵਾਂ ਪਰਮੇਸ਼ਵਰ ਖੁਦਾਵਨ ਖੁਦਾ, ਮੈਂ ਮੇਰਾ ਮੂੰਹ ਤੇਰੀ ਮਹਿਮਾ ਨੂੰ ਕਰੇ ਪਰਮੇਸ਼ਵਰ ਖੁਦਾਵਨ ਖੁਦਾ, ਯਹੋਵਾ ਪਰਮੇਸ਼ਵਰ, ਮੇਰੇ ਹੋਂਠ ਤੇਰੀ ਉਸਤਤ ਕਰਨ ਸਭ ਸ਼ਕਤੀਮਾਨ ਪਰਮੇਸ਼ਵਰ। ਭਾਈ ਤੇਰੇ ਵਚਨ ਦੇ ਵਿੱਚ ਲਿਖਿਆ, ਭਾਈ ਮੈਂ ਤੇਰਾ ਬਲ ਅਤੇ ਮੈਂ ਤੇਰੀ ਮਹਿਮਾ ਵੇਖਾਂਗਾ ਪਿਤਾ, ਔਰ ਮੇਰਾ ਵਿਸ਼ਵਾਸ ਹੈ ਤੇਰੀ ਦਇਆ ਜੋ ਜੀਵਨ ਨਾਲੋਂ ਵੀ ਚੰਗੀ ਹੈ, ਅੱਜ ਉਹ ਦਇਆ ਮੇਰੇ ਉੱਤੇ ਆਵੇਗੀ। ਮੈਂ ਤੇਰੇ ਬਲ ਨੂੰ ਗ੍ਰਹਿਣ ਕਰਦਾ ਪਰਮੇਸ਼ਵਰ, ਔਰ ਮੈਂ ਤੇਰੀ ਮਹਿਮਾ ਨੂੰ ਅੱਜ ਆਪਣੀ ਜ਼ਿੰਦਗੀ ਦੇ ਉੱਤੇ ਦੇਖਣ ਜਾ ਰਿਹਾ ਪਰਮੇਸ਼ਵਰ, ਆਪਣੇ ਖੁਦਾਵਨ ਖੁਦਾ ਜੋਬ ਦੇ ਉੱਤੇ ਤੇਰੀ ਮਹਿਮਾ ਨੂੰ ਦੇਖਣ ਜਾ ਰਿਹਾ, ਆਪਣੇ ਬੱਚਿਆਂ 'ਚ, ਆਪਣੀ ਮੈਰਿਡ ਲਾਈਫ 'ਚ, ਆਪਣੇ ਫਾਈਨੈਂਸ 'ਚ, ਆਪਣੀ ਜੋਬ 'ਚ, ਆਪਣੇ ਕਰੈਕਟਰ ਵਿੱਚ ਪਰਮੇਸ਼ਵਰ, ਆਪਣੇ ਬੱਚਿਆਂ ਵਿੱਚ ਪਰਮੇਸ਼ਵਰ, ਮੇਰੀ ਨਾਲ ਜੁੜੀ ਇੱਕ ਇੱਕ ਚੀਜ਼ ਦੇ ਉੱਤੇ ਮੈਂ ਤੇਰੀ ਮਹਿਮਾ ਨੂੰ ਦੇਖਣ ਜਾ ਰਿਹਾ ਪਰਮੇਸ਼ਵਰ। ਹੇ ਖੁਦਾਵਨ ਖੁਦਾ, ਮੇਰੇ ਬੁੱਲ ਤੇਰੀ ਉਸਤਤ ਕਰਨਗੇ ਪਰਮੇਸ਼ਵਰ, ਮੈਂ ਆਪਣੇ ਜੀਵਨ ਵਿੱਚ ਤੈਨੂੰ ਮੁਬਾਰਕ ਆਖਾਂਗਾ ਪਰਮੇਸ਼ਵਰ। ਔਰ ਖੁਦਾਵਨ ਖੁਦਾ, ਮੈਂ ਪ੍ਰਾਰਥਨਾ ਕਰਦਾ ਹਰ ਇੱਕੋ ਚੀਜ਼, ਮੈਂ ਪ੍ਰਾਰਥਨਾ ਕਰਦੀ ਹਰ ਇੱਕੋ ਚੀਜ਼ ਪਰਮੇਸ਼ਵਰ, ਜੋ ਮੈਨੂੰ ਤੈਨੂੰ ਮੁਬਾਰਕ ਆਖਣ ਤੋਂ ਰੋਕਣ ਖੁਦਾਵਨ ਖੁਦਾ, ਮੈਨੂੰ ਤੇਰੀ ਮਹਿਮਾ ਨੂੰ ਵੇਖਣ ਤੋਂ ਰੋਕਣ ਪਰਮੇਸ਼ਵਰ, ਖੁਦਾਵਨ ਖੁਦਾ ਤੇਰੇ ਬਲ ਨੂੰ ਪਾਉਣ ਤੋਂ ਰੋਕਣ ਪਰਮੇਸ਼ਵਰ, ਤੇਰੇ ਦਰਸ਼ਨ ਨੂੰ ਪਾਉਣ ਤੋਂ ਦੇਖਣ ਖੁਦਾਵਨ ਖੁਦਾ, ਹਰ ਉਹ ਰੁਕਾਵਟ ਦੇ ਉੱਤੇ, ਹਰ ਇੱਕ ਉਹ ਬੰਧਨ ਦੇ ਉੱਤੇ ਪਰਮੇਸ਼ਵਰ, ਤੇਰੇ ਹੌਲੀ ਗੋਸਟ ਦੀ ਫਾਇਰ ਉੱਤਰੇ, ਫਾਇਰ ਉੱਤਰੇ, ਫਾਇਰ ਉੱਤਰੇ, ਫਾਇਰ ਉੱਤਰੇ, ਫਾਇਰ ਉੱਤਰੇ ਪਰਮੇਸ਼ਵਰ, ਤੇਰੇ ਪਵਿੱਤਰ ਆਤਮਾ ਦੀ ਅੱਗ ਦੇ ਦੁਆਰਾ ਸ਼ੈਤਾਨ ਦੀਆਂ ਸਾਰੀਆਂ ਯੋਜਨਾਵਾਂ ਨਾਸ਼ ਹੋ ਜਾਣ, ਪਵਿੱਤਰ ਅਗਨੀ ਦੇ ਦੁਆਰਾ ਪਰਮੇਸ਼ਵਰ, ਉਹ ਸਾਰੀਆਂ ਉਹਦੀਆਂ ਪਲੈਨਿੰਗਸ ਪਰਮੇਸ਼ਵਰ ਦੇ ਹਥਿਆਰ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਵਿੱਚ ਨਾਸ਼ ਹੋ ਜਾਣ, ਨਾਸ਼ ਹੋ ਜਾਣ, ਨਾਸ਼ ਹੋ ਜਾਣ, ਨਾਸ਼ ਹੋ ਜਾਣ। ਹੌਲੀ ਗੋਸ ਫਾਇਰ, ਹੌਲੀ ਗੋਸ ਫਾਇਰ, ਹੌਲੀ ਗੋਸ ਫਾਇਰ, ਹੌਲੀ ਗੋਸ ਫਾਇਰ ਇਨ ਦਾ ਨੇਮ ਆਫ ਜੀਸਸ। ਹੇ ਪਰਮੇਸ਼ਵਰ, ਮੈਂ ਤੇਰਾ ਧੰਨਵਾਦ ਕਰਦਾ ਪਰਮੇਸ਼ਵਰ, ਔਰ ਮੈਂ ਜਾਣਦਾ ਖੁਦਾਵਨ ਖੁਦਾ, ਤੂੰ ਤਾਂ ਮੇਰਾ ਸਹਾਇਕ ਹੋਇਆ ਹੈ, ਤੇਰੇ ਖੰਭਾਂ ਦੀ ਛਾਂ ਹੇਠ ਮੈਂ ਜੈਕਾਰਾ ਗਜਾਵਾਂਗਾ, ਮੇਰਾ ਜੀ ਤੇਰੇ ਪਿੱਛੇ ਪਿੱਛੇ ਲੱਗਿਆ ਹੋਇਆ, ਤੇਰਾ ਸੱਜਾ ਹੱਥ ਮੈਨੂੰ ਸੰਭਾਲੇਗਾ। ਹੇ ਪਿਤਾ, ਮੈਂ ਵਿਸ਼ਵਾਸ ਕਰਦਾ ਹਰ ਇੱਕੋ ਆਤਮਾ ਪਰਮੇਸ਼ਵਰ ਜੋ ਮੇਰੀ ਲਾਈਫ ਦੇ ਪਿੱਛੇ ਆ ਪਿਤਾ, ਜਿੰਨੀਆਂ ਚੀਜ਼ਾਂ ਮੇਰੀ ਲਾਈਫ ਦੀ ਬਰਬਾਦੀ ਨੂੰ ਚਾਹੁੰਦੀਆਂ ਪਿਤਾ, ਜਿੰਨੇ ਐਲੀਮੈਂਟਸ ਮੇਰੀ ਬਰਬਾਦੀ ਦੇ ਲਈ ਬਣਾਏ ਗਏ ਆ ਪਰਮੇਸ਼ਵਰ, ਮੇਰੇ ਬੱਚਿਆਂ ਦੇ ਲਈ, ਮੇਰੀ ਮੈਰਿਡ ਲਾਈਫ ਦੇ ਲਈ, ਮੇਰੇ ਫਾਈਨੈਂਸ ਦੇ ਲਈ, ਮੇਰੇ ਬਿਜਨਸ ਦੇ ਲਈ, ਮੇਰੀ ਜੋਬ ਦੇ ਲਈ, ਮੇਰੇ ਡਾਕੂਮੈਂਟਸ ਦੇ ਲਈ, ਮੇਰੇ ਜੀਵਨ ਦੇ ਲਈ ਜੋ ਬਰਬਾਦੀ ਚਾਹੁੰਦੇ ਆ ਪਰਮੇਸ਼ਵਰ, ਹਰ ਉਹ ਸ਼ੈਤਾਨੀ ਹੱਥ, ਸ਼ੈਤਾਨੀ ਪਰਸਨ, ਜਾਦੂ ਟੋਣੇ ਪਰਮੇਸ਼ਵਰ, ਉਹਨਾਂ ਸਭਨਾਂ ਦੇ ਉੱਤੇ ਤੇਰੇ ਹੌਲੀ ਗੋਸਟ ਦੀ ਫਾਇਰ ਉੱਤਰੇ, 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 ਪਵਿੱਤਰ ਆਤਮਾ ਤੇਰੀ ਅੱਗ ਉੱਤਰੇ, ਅੱਗ ਉੱਤਰੇ, ਅੱਗ ਉੱਤਰੇ, ਅੱਗ ਉੱਤਰੇ, ਅੱਗ ਉੱਤਰੇ, ਅੱਗ ਉੱਤਰੇ ਪਰਮੇਸ਼ਵਰ।
ਮੈਂ ਬਰਬਾਦ ਨਹੀਂ ਪਿਤਾ, ਬਲਕਿ ਤੇਰੇ ਅਨੁਗ੍ਰਹਿ ਦੇ ਦੁਆਰਾ ਮੈਂ ਫਲਵੰਤ ਕੀਤਾ ਜਾਵਾਂਗਾ। ਮੇਰੀਆਂ ਸੁੱਕੀਆਂ ਚੀਜ਼ਾਂ 'ਚ ਖੁਦਾਵੰਦ ਖੁਦਾ ਬੰਜਰ ਚੀਜ਼ਾਂ ਪਰਮੇਸ਼ੁਰ ਤੂੰ ਫਲਵੰਤ ਕਰ ਚੁੱਕਿਆ ਲੋੜ। ਅੱਜ ਮੈਂ ਤੇਰੀ ਜ਼ਿੰਦਾ ਪ੍ਰੈਜੈਂਸ ਦੇ ਵਿੱਚ ਖੁਦਾਵੰਦ ਖੁਦਾ ਯਹੋਵਾ ਪਰਮੇਸ਼ੁਰ ਮੈਂ ਆਨੰਦਿਤ ਹਾਂ। ਪਰਮੇਸ਼ੁਰ ਤੂੰ ਮੇਰੇ ਆਨੰਦ ਨੂੰ ਪੂਰਾ ਕੀਤਾ। ਪਰਮੇਸ਼ੁਰ ਅੱਜ ਮੈਂ ਤੇਰੀ ਮਹਿਮਾ ਨੂੰ ਵੇਖਣ ਜਾ ਰਿਹਾ ਪਿਤਾ। ਮੈਂ ਜਿੱਧਰ ਜਾਵਾਂਗਾ ਤੇਰੀ ਮਹਿਮਾ ਵੇਖਾਂਗਾ, ਮੈਂ ਜੋ ਕਰਾਂਗਾ ਉਹ 'ਚ ਤੇਰੀ ਮਹਿਮਾ ਵੇਖਾਂਗਾ, ਮੈਂ ਜੋ ਬੋਲਾਂਗਾ ਉਹ 'ਚ ਤੇਰੀ ਮਹਿਮਾ ਵੇਖਾਂਗਾ। ਹੇ ਪਰਮੇਸ਼ੁਰ ਅੱਜ ਆਪਣੀ ਮਹਿਮਾ ਦੇ ਨਾਲ ਮੈਨੂੰ ਭਰ ਦੇ। ਅੱਜ ਤੇਰੇ ਮੂੰਹ ਦਾ ਪ੍ਰਕਾਸ਼ ਮੇਰੇ ਉੱਤੇ ਚਮਕੇ ਸਾਮਰਥੀ ਹੈ ਪਰਮੇਸ਼ੁਰ। ਹਰ ਇੱਕ ਗੋਲੀਅਤ ਜੋ ਮੇਰੀ ਲਾਈਫ ਦੇ ਉੱਤੇ ਲੁਕਿਆ ਛੁਪਿਆ ਹੋਇਆ ਪਰਮੇਸ਼ੁਰ, ਹਰ ਇੱਕ ਡੈਵਲ ਜੋ ਮੇਰੀ ਲਾਈਫ ਦੇ ਉੱਤੇ ਲੁਕਿਆ ਛੁਪਿਆ ਹੋਇਆ ਪਰਮੇਸ਼ੁਰ, ਜੋ ਮੇਰੀ ਰਿਲੇਸ਼ਨਸ਼ਿਪ ਨੂੰ ਤੇਰੇ ਨਾਲ ਡਿਸਟਰੋਏ ਕਰਨਾ ਚਾਹੁੰਦਾ ਲੋੜ, ਉਹਨਾਂ ਸਭ ਗੰਦੀਆਂ ਆਤਮਾ ਦੇ ਉੱਤੇ ਪਰਮੇਸ਼ੁਰ ਤੇਰੇ ਪਵਿੱਤਰ ਆਤਮਾ ਦੀ ਅੱਗ ਨੂੰ ਮੈਂ ਰਿਲੀਜ਼ ਕਰਦਾ ਬਾਏ ਦਾ ਪਾਵਰ ਆਫ ਦਾ ਹੋਲੀ ਗੋਸ। ਸਭ ਜਣ ਆਪਣੀਆਂ ਜ਼ੁਬਾਨਾਂ ਨੂੰ ਖੋਲਦੇ ਆ, ਪਵਿੱਤਰ ਆਤਮਾ ਦੀ ਅੱਗ ਨੂੰ ਰਿਲੀਜ਼ ਕਰਨਾ ਸ਼ੁਰੂ ਕਰੋ। ਕਹਿਣਾ ਸ਼ੁਰੂ ਕਰੋ ਕਿ ਬਾਏ ਦਾ ਪਾਵਰ ਆਫ ਦਾ ਹੋਲੀ ਗੋਸ ਹਰ ਡੈਵਲ ਆਊਟ ਹੋ, ਆਊਟ ਹੋ, ਆਊਟ ਹੋ, ਆਊਟ ਹੋ, ਆਊਟ ਹੋ, ਆਊਟ ਹੋ, ਹਰ ਸ਼ੈਤਾਨ ਆਊਟ ਹੋਵੇ, ਆਊਟ ਹੋਵੇ, ਆਊਟ ਹੋਵੇ, ਆਊਟ ਹੋਵੇ, ਆਊਟ ਹੋਵੇ ਯਿਸੂ ਮਸੀਹ ਦੇ ਨਾਮ ਦੇ ਵਿੱਚ। ਔਰ ਅੱਜ ਮੇਰੀ ਸੁੱਕੀਆਂ ਚੀਜ਼ਾਂ ਮੇਰਾ ਪਰਮੇਸ਼ੁਰ ਹਰੀਆਂ ਕਰ ਚੁੱਕਿਆ, ਉਹਨਾਂ ਨੂੰ ਫਲਵੰਤ ਕਰ ਚੁੱਕਿਆ, ਉਹਨਾਂ ਨੂੰ ਫਲਦਾਰ ਕਰ ਚੁੱਕਿਆ। ਅੱਜ ਮੈਂ ਸੁੱਕਾ ਨਹੀਂ, ਅੱਜ ਮੈਂ ਹਰਿਆ ਅਤੇ ਭਰਿਆ ਵਾਂ। ਅੱਜ ਮੈਂ ਜੋ ਕਰਾਂਗਾ ਉਹ 'ਚ ਫਲਵੰਤ ਹੋਵਾਂਗਾ, ਮੈਂ ਜਿੱਥੇ ਜਾਵਾਂਗਾ ਫਲਵੰਤ ਹੋਵਾਂਗਾ, ਮੇਰੇ ਹੱਥਾਂ ਦੇ ਕੰਮ ਫਲਦਾਰ ਹੋਣਗੇ, ਮੇਰੇ ਮੂੰਹ ਦੇ ਸ਼ਬਦ ਫਲਦਾਰ ਹੋਣਗੇ, ਮੇਰੇ ਡਾਕੂਮੈਂਟਸ, ਮੇਰਾ ਗਰਵ, ਮੇਰੀ ਇੱਕ ਇੱਕ ਚੀਜ਼ ਖੁਦਾਵੰਦਾ, ਮੇਰੀ ਮੈਰਿਡ ਲਾਈਫ, ਮੇਰੇ ਘਰ ਦੇ ਹਾਲਾਤ ਪਰਮੇਸ਼ੁਰ ਫਲਦਾਰ ਹੋਣਗੇ ਯਿਸੂ ਮਸੀਹ ਦੇ ਨਾਮ ਦੇ ਵਿੱਚ, ਉਹ ਫਲਦਾਰ ਹੋਣਗੇ ਯਿਸੂ ਮਸੀਹ ਦੇ ਜੀਵਿਤ ਨਾਮ ਦੇ ਵਿੱਚ ਮੈਂ ਘੋਸ਼ਣਾ ਕਰਦਾ ਵਾਂ ਲੋਰਡ। ਸਭ ਸ਼ਕਤੀਮਾਨ ਪਰਮੇਸ਼ੁਰ ਮੈਂ ਤੇਰੇ ਲੋਕਾਂ ਨੂੰ ਤੇਰੇ ਲਹੂ 'ਚ ਛਿਪਾਉਂਦੀ ਹਾਂ ਖੁਦਾਵੰ, ਤੇਰਾ ਆਤਮਾ ਇਹਨਾਂ ਦੇ ਜੀਵਨ 'ਚ ਕਾਰਿਆ ਕਰੇ, ਜਿੱਦਾਂ ਹੀ ਇਹਨਾਂ ਨੇ ਆਪਣੇ ਮੂੰਹ ਦੇ ਸ਼ਬਦਾਂ ਨੂੰ ਖੁਦਾਵੰ ਖੁਦਾ ਅਧਿਕਾਰਾਂ ਦੇ ਨਾਲ ਯੂਜ਼ ਕੀਤਾ ਖੁਦਾਵੰ। ਅੱਜ ਤੇਰੀ ਸਾਮਰਥ ਉਹਨਾਂ 'ਤੇ ਕਾਰਿਆ ਕਰੇ, ਤੇਰੇ ਜੀ ਉੱਠਣ ਦੀ ਸਾਮਰਥ ਉਹਨਾਂ ਨੂੰ ਜੀਵਿਤ ਕਰੇ, ਔਰ ਆਪਣੀ ਮਹਿਮਾ ਨੂੰ ਵੇਖਣ ਪਰਮੇਸ਼ੁਰ, ਤੇਰੀ ਮਹਿਮਾ ਇਹ ਕਰਨ ਖੁਦਾਵੰ ਖੁਦਾ, ਇਹ ਤੇਰੇ ਜਲਾਲ ਨੂੰ ਵੇਖਣ ਸਾਮਰਥ ਹੈ ਪਰਮੇਸ਼ੁਰ, ਤੇਰੇ ਅਨੁਗ੍ਰਹਿ ਨੂੰ, ਤੇਰੀ ਕਿਰਪਾ ਨੂੰ ਇਹ ਵਾਧਾ ਦੇਖਣ ਪਰਮੇਸ਼ੁਰ, ਔਰ ਤੇਰੀ ਸਾਮਰਥ ਕਾਰਿਆ ਕਰੇ, ਤੇਰਾ ਮੱਸਾ ਕਾਰਿਆ ਕਰੇ, ਤੇਰਾ ਅਭਿਸ਼ੇਕ ਕਾਰਿਆ ਕਰੇ, ਤੇਰੀ ਗਲੋਰੀ ਇਹਨਾਂ ਦੇ ਜੀਵਨ ਦੇ ਉੱਤੇ ਕਾਰਿਆ ਕਰੇ ਪਰਮੇਸ਼ੁਰ। ਥੈਂਕ ਯੂ ਜੀਸਸ, ਥੈਂਕ ਯੂ ਜੀਸਸ, ਥੈਂਕ ਯੂ ਜੀਸਸ। ਹਰ ਡੈਵਲ ਦੀ ਯੋਜਨਾ ਨੂੰ ਮੈਂ ਇਹਨਾਂ ਦੀ ਲਾਈਫ 'ਚੋਂ ਕੈਂਸਲ ਕਰਦੀ ਹਾਂ, ਇਹਨਾਂ ਦੀ ਇੱਕ ਇੱਕ ਚੀਜ਼ ਤੋਂ ਹਰ ਡੈਵਲ ਪਰਮੇਸ਼ੁਰ ਆਊਟ ਹੋਵੇ, ਹਰ ਸ਼ੈਤਾਨੀ ਤਾਕਤਾਂ ਆਊਟ ਹੋਣ, ਬਾਂਝਪਨ ਆਊਟ ਹੋਣ, ਬਿਮਾਰੀਆਂ ਲਾਚਾਰੀਆਂ ਆਊਟ ਹੋਣ, ਬੀ ਹੀਲਡ ਇਨ ਦਾ ਨੇਮ ਆਫ ਜੀਸਸ। ਹਰ ਜਾਦੂ ਟੋਣਾ ਤੁਹਾਡੀਆਂ ਲਾਈਫਾਂ 'ਚੋਂ ਕੈਂਸਲ ਹੋਵੇ ਪਰਮੇਸ਼ੁਰ, ਤੇਰੇ ਜੀਵਿਤ ਨਾਮ 'ਚ ਮੈਂ ਇਹਨਾਂ ਦੀ ਲਾਈਫ 'ਤੇ ਕਮਾਂਡ ਕਰਦੀ। ਹਰ ਇੱਕ ਨਸ਼ੇ ਦੀਆਂ ਆਤਮਾ, ਬਰਬਾਦੀ ਦੀਆਂ ਆਤਮਾ ਪਰਮੇਸ਼ੁਰ ਖੁਦਾਵੰਦ, ਸੁੱਕੇ ਪਨ ਦੀਆਂ ਗੰਦੀਆਂ ਆਤਮਾਵਾਂ ਇਹਨਾਂ ਦੀ ਲਾਈਫ 'ਚੋਂ ਆਊਟ ਹੋਣ, ਆਊਟ ਹੋਣ, ਆਊਟ ਹੋਣ ਪਰਮੇਸ਼ੁਰ। ਔਰ ਅੱਜ ਤੇਰੀ ਮਹਿਮਾ ਨੂੰ, ਤੇਰੀ ਗਲੋਰੀ ਨੂੰ ਦੇਖਣ ਪਰਮੇਸ਼ੁਰ, ਆਪਣੇ ਅਗਲੇ ਲੈਵਲ ਨੂੰ ਦੇਖਣ, ਤੇਰੀ ਸਹਾਇਤਾ ਨੂੰ ਦੇਖਣ ਯਿਸੂ ਮਸੀਹ ਦੇ ਜੀਵਿਤ ਨਾਮ ਵਿੱਚ ਪਰਮੇਸ਼ੁਰ। ਸਭ ਜਣ ਆਪਣੇ ਹੱਥਾਂ ਨੂੰ ਉਠਾਉਂਦਿਆਂ ਹੈ ਪਰਮੇਸ਼ੁਰ ਦਾ ਧੰਨਵਾਦ ਕਰਨਾ ਸ਼ੁਰੂ ਕਰੋ। ਪਰਮੇਸ਼ੁਰ ਤੂੰ ਆਪਣੀ ਪ੍ਰੈਜੈਂਸ 'ਚ ਲੈ ਕੇ ਆ, ਮੈਨੂੰ ਬਲੈਸ ਕੀਤਾ, ਮੈਂ ਤੇਰਾ ਧੰਨਵਾਦ ਕਰਦਾ, ਤੇਰੀ ਮਹਿਮਾ ਦੇ ਲਈ ਪਰਮੇਸ਼ੁਰ, ਤੇਰੀ ਗਲੋਰੀ ਦੇ ਲਈ ਪਰਮੇਸ਼ੁਰ ਤੇਰਾ ਧੰਨਵਾਦ, ਤੇਰੀ ਆਤਮਾ ਦੇ ਲਈ, ਤੇਰੀ ਫਾਇਰ ਦੇ ਲਈ ਮੈਂ ਤੇਰਾ ਧੰਨਵਾਦ ਕਰਦਾ। ਸਭ ਸ਼ਕਤੀਮਾਨ ਪਰਮੇਸ਼ੁਰ
ਮੈਂ ਤੇਰੇ ਲੋਕਾਂ ਨੂੰ ਤੇਰੇ ਲਹੂ 'ਚ ਛਿਪਾਉਂਦੀ ਖੁਦਾਵਨ, ਤੇਰਾ ਆਤਮਾ ਇਹਨਾਂ ਦੀ ਅਗਵਾਹੀ ਕਰੇ, ਤੇਰੇ ਸਵਰਗੀ ਦੂਤ ਇਹਨਾਂ ਦੇ ਅੰਗ ਸੰਗ ਹੋਣ ਪਿਤਾ। ਸ਼ੈਤਾਨ ਦੀਆਂ ਸਾਰੀਆਂ ਯੋਜਨਾਵਾਂ ਇਹਨਾਂ ਦੀ ਲਾਈਫ 'ਚੋਂ ਕੈਂਸਲ ਹੋਣ, ਜਦੇ ਤੇਰੀ ਪ੍ਰੈਜੈਂਸ 'ਚੋਂ ਬਾਹਰ ਜਾਣ ਪਰਮੇਸ਼ੁਰ, ਤੇਰਾ ਆਤਮਾ ਇਹਨਾਂ ਨੂੰ ਚਲਾਵੇ, ਇਹਨਾਂ ਨੂੰ ਬਲੈਸ ਕਰੇ, ਇਹਨਾਂ 'ਤੇ ਅਨੁਗ੍ਰਹਿ ਕਰੇ ਪਰਮੇਸ਼ੁਰ। ਖੁਦਾਵਨ ਇਹਨਾਂ ਦਾ ਆਉਣਾ ਜਾਣਾ ਮੁਬਾਰਕ ਕਰੀ, ਹਰ ਬੈਡ ਨਿਊਜ਼ ਨੂੰ ਮੈਂ ਕੈਂਸਲ ਕਰਦੀ ਹਾਂ। ਇਹ ਆਪਣੀ ਵੱਡੀ ਗਵਾਹੀ ਦੇ ਨਾਲ, ਤੇਰੀ ਮਹਿਮਾ ਦੇ ਨਾਲ ਪਰਮੇਸ਼ੁਰ, ਇਹ ਤੇਰੇ ਜੀਵਿਤ ਨਾਮ ਦੇ ਵਿੱਚ ਵਾਪਸ ਆਉਣ ਪਰਮੇਸ਼ੁਰ। ਖੁਦਾਵਨ ਅੱਜ ਦੀ ਇਸ ਪ੍ਰਾਰਥਨਾ ਦੇ ਦੁਆਰਾ ਇਹਨਾਂ ਦੇ ਜੀਵਨ, ਇਹਨਾਂ ਦੀਆਂ ਚੀਜ਼ਾਂ, ਇਹਨਾਂ ਦੇ ਹਾਲਾਤ ਸੇਵ ਨਾ ਰਹਿਣ, ਪ੍ਰਭੂ ਯੇਸ਼ੂ ਮਸੀਹ ਦੇ ਜੀਵਿਤ ਅਤੇ ਪਵਿੱਤਰ ਨਾਮ ਦੇ ਵਿੱਚ ਲਾਉਣ। ਮੈਂ ਇਸ ਪ੍ਰਾਰਥਨਾ ਨੂੰ ਪਰਮੇਸ਼ੁਰ ਤੇਰੇ ਹਜ਼ੂਰ ਮੰਗਦੀ ਹਾਂ, ਪ੍ਰਭੂ ਯੇਸ਼ੂ ਮਸੀਹ ਦੇ ਜੀਵਿਤ ਅਤੇ ਪਵਿੱਤਰ ਨਾਮ ਦੇ ਵਿੱਚ। ਸਭ ਬੋਲੋ ਆਮੀਨ, ਆਮੀਨ।